ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਹੁਲ ਕਾਲਾ ਸਵਾਗਤ ਕਰਦਾ ਦੁਪਹਿਰ 3 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਨਵੀਂ ਦਿੱਲੀ ਦੇ ਵਿੱਚ ਜੀ 20 ਸੰਮੇਲਨ ਸ਼ੁਰੂ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕੀਤਾ ਆਪਣੇ ਉਦਘਾਟਨੀ ਭਾਸ਼ਣ ਦੇ ਵਿੱਚ ਪ੍ਰਧਾਨ ਮੰਤਰੀ ਨੇ ਮੁਰੱਕੇ ਪੁਲ ਜਿਹੜੇ ਦੇ ਵਿੱਚ ਜੋ ਪੁਚਾਲ ਆਇਆ ਸੀ ਤਾਂ ਇਸ ਵਿੱਚ ਮਾਰੇ ਗਏ ਲੋਕਾਂ ਨੂੰ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਉਹਨਾਂ ਨੇ ਕਿਹਾ ਕਿ ਅਸੀਂ ਅਜੇ ਹੀ ਸਥਿਤੀ ਵਿੱਚ ਲੋਕਾਂ ਦੇ ਨਾਲ ਹਰ ਸੰਭਵ ਮਦਦ ਕੀਤੀ ਜਾਵੇਗੀ ਸਿਖਰ ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਅਫਰੀਕੀ ਸੰਘ ਨੂੰ ਜੀ-20 ਦਾ ਸਥਾਈ ਮੈਂਬਰ ਬਣਾਉਣ ਦਾ ਪ੍ਰਸਤਾਵ ਰੱਖਿਆ ਜਿਵੇਂ ਹੀ ਪ੍ਰਧਾਨ ਮੰਤਰੀ ਨੇ ਚੇਅਰਮੈਨ ਦੇ ਤੌਰ ਦੇ ਉੱਪਰ ਇਸ ਨੂੰ ਪਾਸ ਕੀਤਾ ਅਫਰੀਕਨ ਯੂਨੀਅਨ ਦੇ ਮੁਖੇ ਜਿਹੜੇ ਮੁਖੀ ਹੈਗੇ ਨੇ ਅਜਲੀ ਅਸੋਮਨੀ ਉਹਨਾਂ ਨੇ ਜਾ ਕੇ ਪ੍ਰਧਾਨ ਮੰਤਰੀ ਨੂੰ ਜਫੀ ਪਾਈ ਗੱਲ ਲਗਾਇਆ ਭਾਰਤ ਦੇ ਪ੍ਰਸਤਾਵ ਨੂੰ ਚੀਨ ਅਤੇ ਯੂਰਪੀ ਸੰਘ ਨੇ ਵੀ ਸਮਰਥਨ ਦਿੱਤਾ ਹੈ ਜੀ-20 ਦੀ ਮੈਂਬਰਸ਼ਿਪ ਮਿਲਣ ਦੇ ਨਾਲ ਅਫਰੀਕਾ ਦੇ 55 ਦੇਸ਼ਾਂ ਨੂੰ ਇਸ ਦਾ ਫਾਇਦਾ ਹੋਵੇਗਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਐਚਟੀ ਦੇਵ ਗੋੜਾ ਨੂੰ ਵੀ ਜੀ20 ਸੰਮੇਲਨ ਦੇ ਲਈ ਡਿਨਰ ਦਾ ਸੱਦਾ ਦਿੱਤਾ ਹੋਇਆ ਹੈ ਰਾਤ ਨੂੰ ਸਾਰੇ ਇਕੱਠੇ ਹੋਣਗੇ ਦੇਵ ਗੋੜਾ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਦੂਸਰੇ ਪਾਸੇ ਜੇਕਰ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਹਵਾਈ ਸੈਨਾ ਨੇ ਚੀਨ ਪਾਕਿਸਤਾਨ ਸਰਹੱਦ ਤੇ ਚੱਲ ਰਹੇ ਤਰਸ਼ੂਲ ਅਭਿਆਸ ਨੂੰ ਰੋਕ ਦਿੱਤਾ ਹੈ ਜੀ20 ਸਮੇਲਨ ਦੀ ਸੁਰੱਖਿਆ ਦੇ ਲਈ ਰਾਫੇਲ ਸੁਖੋਈ ਮਿਗ ਮਿਰਾਜ ਅਤੇ ਚਿਨਕ ਵਰਗੇ ਲੜਾਕੂ ਜਹਾਜ਼ਾਂ ਨੂੰ ਤੈਨਾਤ ਕਰ ਦਿੱਤਾ ਗਿਆ ਜੀ20 ਸਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਮੰਡਪ ਦੇ ਵਿੱਚ ਉਦਘਾਟਨੀ ਭਾਸ਼ਣ ਜਦੋਂ ਦਿੱਤਾ ਤਾਂ ਉਹਨਾਂ ਦੇ ਸਾਹਮਣੇ ਪਈ ਤਸਵੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਪੀਐਮ ਮੋਦੀ ਦੇ ਸਾਹਮਣੇ ਦੇਸ਼ ਦਾ ਨਾਮ ਇੰਡੀਆ ਨਹੀਂ ਭਾਰਤ ਲਿਖਿਆ ਹੋਇਆ ਸੀ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅੰਤਰਰਾਸ਼ਟਰੀ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਦੇ ਸੀਟ ਤੇ ਅੱਗੇ ਦੇਸ਼ ਦਾ ਨਾਮ ਇੰਡੀਆ ਨਹੀਂ ਲਿਖਿਆ ਗਿਆ ਆਖਰੀ ਜੀ20 ਬੈਠਕ 14 ਤੋਂ ਜਿਹੜੀ 16 ਨਵੰਬਰ ਤੱਕ ਬਾਲੀ ਇੰਡੋਨੇਸ਼ੀਆ ਦੇ ਵਿੱਚ ਹੋਈ ਸੀ ਉਦੋਂ ਦੇਸ਼ ਦਾ ਨਾਮ ਪੀਐਮ ਮੋਦੀ ਦੇ ਸਾਹਮਣੇ ਸਿਰਫ ਇੰਡੀਆ ਲਿਖਿਆ ਹੋਇਆ ਸੀ ਇਸ ਮੌਕੇ ਤੇ ਸਮ੍ਰਿਤੀ ਇਰਾਨੀ ਜੋ ਕੈਬਨਿਟ ਮੰਤਰੀ ਨੇ ਕੇਂਦਰੀ ਉਹਨਾਂ ਨੇ ਕਿਹਾ ਕਿ ਪੀਐਮ ਦੀ ਤਸਵੀਰ ਸਾਂਝੀ ਉਹਨਾਂ ਨੇ ਕੀਤੀ ਹੈ ਤੇ ਨਾਲ ਕਿਹਾ ਉਮੀਦ ਅਤੇ ਵਿਸ਼ਵਾਸ ਦਾ ਨਵਾਂ ਭਾਰਤ ਇਹ ਵੀ ਬਾਤ ਦਰਸਲ ਉਦੋਂ ਸ਼ੁਰੂ ਹੋਇਆ ਸੀ ਜਦੋਂ ਰਾਸ਼ਪਤੀ ਭਵਨ ਵੱਲੋਂ ਆਯੋਜਿਤ ਡਿਨਰ ਦੇ ਸੱਦੇ ਪੱਤਰ ਤੇ ਇੰਡੀਆ ਦੇ ਰਾਸ਼ਟਰਪਤੀ ਦੀ ਬਜਾਏ ਭਾਰਤ ਦਾ ਰਾਸ਼ਟਰਪਤੀ ਲਿਖਿਆ ਹੋਇਆ ਸੀ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 560 ਨਵੇਂ ਨਿਯੁਕਤ ਸਬ ਇੰਸਪੈਕਟਰਾਂ ਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਨੇ ਇਹ ਨਿਯੁਕਤੀ ਪੱਤਰ ਸੀਐਮ ਮਾਨ ਨੇ ਜਲੰਧਰ ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਇਹ ਜਿਹੜਾ ਨਿਯੁਕਤੀ ਪੱਤਰ ਵੰਡੇ ਹੈ ਪੰਜਾਬ ਸਰਕਾਰ ਨੇ ਸਬ ਇੰਸਪੈਕਟਰਾਂ ਦੀਆਂ 560 ਅਸਾਮੀਆਂ ਦੀ ਭਰਤੀ ਕੀਤੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਸਬ ਇੰਸਪੈਕਟਰਾਂ ਦੀ ਇਹ ਪਹਿਲੀ ਭਰਤੀ ਹੈ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਸਾਲ 2021 ਦੇ ਵਿੱਚ ਹੋਈ ਸੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤੇ 560 ਸਬ ਇੰਸਪੈਕਟਰ ਨੂੰ ਲੈ ਕੇ ਇੱਕ ਵਿਵਾਦ ਜੋ ਛਿੜਿਆ ਹੋਇਆ ਇਸ ਭਰਤੀ ਵਿੱਚ ਸਿਰਫ ਹਰਿਆਣਾ ਹੀ ਨਹੀਂ ਬਲਕਿ ਰਾਜਸਥਾਨ ਤੋਂ ਵੀ ਨੌਜਵਾਨ ਚੁਣੇ ਗਏ ਨੇ ਮਿਲੀ ਜਾਣਕਾਰੀ ਦੇ ਮੁਤਾਬਕ 560 ਸਬ ਇੰਸਪੈਕਟਰਾਂ ਦੀ ਭਰਤੀ ਵਿੱਚੋਂ 31 ਨੌਜਵਾਨ ਹਰਿਆਣਾ ਦੇ ਨੇ ਅਤੇ 4 ਨੌਜਵਾਨ ਰਾਜਸਥਾਨ ਦੇ ਨੇ ਇਸ ਮੁੱਦੇ ਨੂੰ ਵਿਰੋਧੀ 2 ਦਿਨਾਂ ਤੋਂ ਲਗਾਤਾਰ ਚੁੱਕ ਰਹੇ ਸੀ ਤੇ ਮਾਨ ਸਰਕਾਰ ਅੱਗੇ ਸਵਾਲ ਖੜੇ ਕਰ ਰਹੇ ਸੀ ਜਿਸ ਦਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ ਸੀਐਮ ਨੇ ਕਿਹਾ ਪੰਜਾਬ ਸੂਬੇ ਦੇ ਰੂਲ ਦੇ ਮੁਤਾਬਕ ਸਾਰੀ ਭਰਤੀ ਜਿਹੜੀ ਆ ਉਹ ਪ੍ਰਕਿਰਿਆ ਸਿਰੇ ਚੜੀ ਹੈ ਕਾਨੂੰਨ ਮੁਤਾਬਕ ਦੇਸ਼ ਦੇ ਕਿਸੇ ਵੀ ਨਾਗਰਿਕ ਜਿਸ ਨੇ ਪੰਜਾਬੀ ਵਿਸ਼ੇ ਦੇ ਵਿੱਚ ਦਸਵੀਂ ਪਾਸ ਕੀਤੀ ਹੋਈ ਹੈ ਉਹ ਪੰਜਾਬ ਵਿੱਚ ਸਰਕਾਰੀ ਨੌਕਰੀ ਲਈ ਅਪਲਾਈ ਕਰ ਸਕਦਾ ਹੈ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀਆਂ ਨਾਲ ਸਵਾਲ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਵਿਰੋਧੀ ਮੈਨੂੰ ਇਹ ਨਾ ਸਵਾਲ ਕਰਨ ਕਿ ਮੈਂ ਪੰਜਾਬ ਨੂੰ ਕਿੰਨਾ ਪਿਆਰ ਕਰਦਾ ਇੱਕ ਅਖਬਾਰ 'ਚ ਪੜਿਆ ਮੈਂ ਸਾਡਾ ਇੱਕ ਮੁੰਡਾ ਪੰਜਾਬੀ ਕੈਨੇਡਾ ਦੀ ਪੁਲਿਸ ਚ ਭਰਤੀ ਹੋਇਆ অন্ਟਾਰੀਓ ਦੇ ਵਿੱਚ ਉਦੋਂ ਬੜੀ ਖੁਸ਼ੀ ਮਨਾਉਂਦੇ ਆ ਪੰਜਾਬ ਦਾ ਮੁੰਡਾ ਉਥੋਂ ਦੀ ਪੁਲਿਸ ਦੇ ਵਿੱਚ ਭਰਤੀ ਰਾਜਸਥਾਨ ਦੇ ਚਾਰ ਮੁੰਡੇ ਪੇਪਰ ਦੇ ਕੇ ਪੰਜਾਬੀ ਪਰਿਵਾਰ ਕਿਉਂਕਿ Rajasthan ਵੀ ਪਹਿਲਾਂ ਪੰਜਾਬ ਹੀ ਸੀ ਆਪਣਾ ਗੰਗਾ ਨਗਰ ਆ ਜਿਹੜਾ ਪੀਲੀ ਬੰਗਾ ਹਨੂਮਾਨਗੜ ਸਾਰਾ ਪੰਜਾਬੀ ਏਰੀਆ ਆਪਣੀ ਭਰਾ ਗਏ ਹੋਏ ਨੇ ਹਰਿਆਣਾ ਪਹਿਲਾਂ ਪੰਜਾਬ ਸੀ ਇੱਥੋਂ ਹੋ ਜੇ ਕਹਿੰਦੇ ਜੀ ਬੜਾ ਵੱਡਾ ਪੰਗਾ ਜੀ ਤਾਂ ਗਦਾਰੀ ਹੋ ਗਈ ਮੈਂ ਦੱਸਣਾ ਚਾਹੁੰਦਾ ਉਹਨਾਂ ਨੂੰ ਆ ਮੀਡੀਆ ਰਾਹੀਂ ਕਿ ਪੰਜਾਬ ਨੂੰ ਮੈਂ ਕਿੰਨਾ ਪਿਆਰ ਕਰਦਾ ਪੰਜਾਬੀਅਤ ਨੂੰ ਮੈਂ ਕਿੰਨਾ ਪਿਆਰ ਕਰਦਾ ਪੰਜਾਬ ਦੀ ਮਿੱਟੀ ਨੂੰ ਮੈਂ ਕਿੰਨਾ ਪਿਆਰ ਕਰਦਾ ਮੈਨੂੰ ਕਿਸੇ ਐਰੇ ਗੈਰੇ ਨੱਥੂ ਖੈਰੇ ਤੋਂ ਐਨੋਸੀ ਲੈਂਡ ਦੀ ਲੋੜ ਨਹੀਂ ਹੈਗੀ ਜਲੰਧਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬੀ ਸਬੰਧੀ ਵੱਡੇ ਸਵਾਲ ਕੀਤੇ ਹੈ ਭਗਵੰਤ ਮਾਨ ਨੇ ਕਿਹਾ ਕਿ ਰਾਜਾ ਵੜਿੰਗ ਅਤੇ ਮਜੀਠੀਆ ਤੋਂ ਪੰਜਾਬੀ ਦਾ ਪੇਪਰ ਪਾਸ ਨਹੀਂ ਹੋਣਾ ਉਹਨਾਂ ਨੇ ਕਿਹਾ ਕਿ ਇਹ ਸਾਡੇ ਦੇ ਉੱਪਰ ਆਬਜੈਕਸ਼ਨ ਲਗਾ ਰਹੇ ਨੇ ਇਹਨਾਂ ਤੋਂ 45% ਵੀ ਨਹੀਂ ਲੈ ਜਾਣੇ ਮੈਂ ਸਿੱਧਾ ਕਹਿਣਾ ਰਾਜਾ ਵੜਿੰਗ ਵਿਕਰਮਜੀਤ ਮਜੀਠੀਆ ਜਿਨ੍ਹਾਂ ਨੇ ਕੱਲ ਸਵਾਲ ਠਾਏ ਨੇ ਇੱਕ ਦੋ ਹੋਰ ਨੇ ਸ਼ਰਤ ਲਾ ਕੇ ਮਹੀਨੇ ਦਾ ਟਾਈਮ ਦੇ ਦਿੰਨੇ ਆ ਪੰਜਾਬੀ ਦਾ ਪੇਪਰ ਲਿਖਤੀ ਤੌਰ ਤੇ 50% ਨਹੀਂ 45% ਤੇ ਕਲੀਅਰ ਕਰਕੇ ਦਿਖਾ ਦੇਣਾ ਮੈਂ ਮੰਨ ਲਊਗਾ ਉਹ ਮੈਂ ਜਾਣਦਾ ਜਨਾਬ ਇਹਨਾਂ ਨੂੰ ਮੈਂ ਜਾਣਦਾ ਇਹਨਾਂ ਦੇ ਟੱਬਰਾਂ ਨੂੰ ਉਹ ਟੱਬਰ ਜਿਹੜੇ ਜਲਿਆਂ ਵਾਲੇ ਬਾਗ ਦੇ ਕਾਤਲਾਂ ਨਾਲ ਮਹਿਫਲਾ ਲਾਉਂਦੇ ਰਹੇ ਉਸੇ ਦਿਨ ਜਿਸ ਦਿਨ ਹਜ਼ਾਰ ਤੋਂ ਵੱਧ ਬੰਦੇ ਨੂੰ ਗੋਲੀਆਂ ਨਾਲ ਭੁੰਨਿਆ ਤੇ 3000 ਤੋਂ ਵੱਧ ਬੰਦੇ ਨੂੰ ਜਖਮੀ ਕੀਤਾ ਤੇ ਉਸੇ ਦਿਨ ਉਹਨਾਂ ਨੇ ਡਿਨਰ ਕਰਾਉਂਦੇ ਰੇ ਉਹ ਸਾਨੂੰ ਪੰਜਾਬ ਦੀਆਂ ਵਫਾਦਾਰੀਆਂ ਸਿਖਾਉਣਗੇ ਯਾਰ ਖਾਲੀ ਖਜ਼ਾਨੇ ਵਾਲੇ ਵਿੱਤ ਮੰਤਰੀ ਪੰਜਾਬੀ ਦਾ ਅਖਬਾਰ ਮੈਂ ਪੜ੍ਹ ਕੇ ਸੁਣਾਉਂਦਾ ਰਿਹਾ ਉਹਨਾਂ ਨੂੰ ਆਉਂਦੇ ਹੀ ਨਹੀਂ ਕਿਉਂਕਿ ਨਾ ਸਨਾਵਰ ਚ ਪੰਜਾਬੀ ਸਬਜੈਕਟ ਹੈ ਨਾ ਦੂਨ ਪਬਲਿਕ ਸਕੂਲ ਚ ਪੰਜਾਬੀ ਸਬਜੈਕਟ ਹੈ ਨਾ ਕਿਸੇ ਹੋਰ ਪਹਾੜ ਦੇ ਸਕੂਲ 'ਚ ਸਭ ਜਾ ਸਬਜੈਕਟ ਜਿਹੜਾ ਉਹ ਪੰਜਾਬੀ ਦਾ ਤੇ ਸਾਨੂੰ ਪੰਜਾਬ ਨਾਲ ਪਿਆਰ ਕਰਨਾ ਸਿਕੋਣਗੇ ਯਾਰ ਪੰਜਾਬ ਪੁਲਿਸ ਨੇ ਫਾਜ਼ਿਲਕਾ ਇਲਾਕੇ ਤੋਂ 15 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਇੱਕ ਨਸ਼ਾ ਤਸਕਰ ਨੂੰ ਵੀ ਕਾਬੂ ਕੀਤਾ ਹੈ ਇਹ ਕਾਰਵਾਈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਫਾਜ਼ਿਲਕਾ ਦੀ ਟੀਮ ਵੱਲੋਂ ਕੀਤੀ ਗਈ ਹੈ ਇਸ ਵਾਰ ਨਸ਼ਾ ਤਸਕਰਾਂ ਨੇ ਹੈਰੋਇਨ ਦੀ ਤਸਕਰੀ ਲਈ ਨਵਾਂ ਜੁਗਾੜ ਲਗਾਇਆ ਤਸਕਰੀ ਜਿਹੜੀ ਹੈਗੀ ਹੈ ਜਿਹੜੇ ਤਸਕਰ ਸੀ ਇਹਨਾਂ ਨੇ ਤੂੜੀ ਨਾਲ ਭਰੀ ਹੋਈ ਟਰਾਲੀ ਦੇ ਵਿੱਚ ਹੈਰੋਇਨ ਲੁਕਾਈ ਹੋਈ ਸੀ ਤੇ ਇਸ ਨੂੰ ਲੈ ਕੇ ਜਾ ਰਹੇ ਸੀ ਜਦੋਂ ਪੁਲਿਸ ਨੇ ਟਰਾਲੀ ਦੀ ਚੈਕਿੰਗ ਕੀਤੀ ਤਾਂ ਉਸ ਦਾ ਪਰਦਾਫਾਸ਼ ਹੋਇਆ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ ਤੇ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ ਜਿਹੜੀ ਹੈ 105 ਕਰੋੜ ਰੁਪਏ ਦੱਸੀ ਜਾ ਰਹੀ ਹੈ ਉਧਰ ਸੁਪਰੀਮ ਕੋਰਟ ਨੇ ਬੀਵੀਐਮਬੀ ਯਾਨੀ ਕਿ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਅਤੇ ਐਨਐਚਪੀਸੀ ਨੈਸ਼ਨਲ ਹਾਈਡਰੋਲਿਕ ਜਿਹੜਾ ਪਾਵਰ ਕਾਰਪੋਰੇਸ਼ਨ ਹੈਗਾ ਇਹਨਾਂ ਨੂੰ ਝਟਕਾ ਦੇ ਦਿੱਤਾ ਹੈ ਦੇਸ਼ ਦੀ ਸਿਖਰਲੀ ਅਦਾਲਤ ਨੇ ਹਿਮਾਚਲ ਪ੍ਰਦੇਸ਼ ਪੈਸੇਂਜਰ ਐਕਟ ਪੈਸੇਂਜਰ ਐਂਡ ਗੁੱਡਸ ਟੈਕਸਟੇਸ਼ਨ ਐਕਟ 1997 ਦੇ ਵਿੱਚ ਸੋਧ ਨੂੰ ਜਿਹੜੀ ਹੈ ਉਹ ਮਨਜ਼ੂਰੀ ਦੇ ਦਿੱਤੀ ਹੈ ਕਾਨੂੰਨੀ ਕਰਾਰ ਦਿੱਤਾ ਹੈ ਇਸ ਤੋਂ ਬਾਅਦ ਹੁਣ ਬੀਵੀਐਮਬੀ ਅਤੇ ਐਨਐਚਪੀਸੀ ਨੂੰ ਆਪਣੀਆਂ ਬੱਸਾਂ ਦਾ ਟੈਕਸ ਹਿਮਾਚਲ ਸਰਕਾਰ ਨੂੰ ਅਦਾ ਕਰਨਾ ਪਏਗਾ ਇਸ ਤੋਂ ਪਹਿਲਾਂ ਕੰਪਨੀਆਂ ਟੈਕਸ ਵਸੂਲਣ ਦੇ ਹਿਮਾਚਲ ਸਰਕਾਰ ਦੇ ਫੈਸਲੇ ਦੇ ਖਿਲਾਫ ਹਿਮਾਚਲ ਦੀ ਹਾਈ ਕੋਰਟ ਦੇ ਵਿੱਚ ਪਹੁੰਚੀਆਂ ਸੀ ਹਾਈ ਕੋਰਟ ਨੇ ਰਾਜ ਸਰਕਾਰ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਇਸ ਕਾਨੂੰਨ ਨੂੰ ਜਿਹੜਾ ਹੈ ਮਨਜ਼ੂਰੀ ਦਿੱਤੀ ਸੀ ਤੇ ਕਾਨੂੰਨੀ ਕਰਾਰ ਦਿੱਤਾ ਸੀ ਸੋਧ ਨੂੰ ਇਨਾ ਕੰਪਨੀ ਨੇ ਫਿਰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕੀਤੀ ਸੁਪਰੀਮ ਕੋਰਟ ਨੇ ਨਾਂ ਝਟਕਾ ਦੇ ਦਿੱਤਾ ਤੇ ਨਾਲ ਦੀ ਨਾਲ ਕਿਹਾ ਕਿ 1 April 2023 ਤੋਂ BBMP ਅਤੇ NHPC ਇਹ ਪ੍ਰੋਜੈਕਟ ਦੇ ਵਿੱਚ ਚੱਲ ਰਹੀਆਂ ਬੱਸਾਂ ਹਿਮਾਚਲ ਸਰਕਾਰ ਨੂੰ ਟੈਕਸ ਅਦਾ ਕਰਨਗੀਆਂ 3 ਵਜੇ ਤੱਕ ਦੀਆਂ ਇਨ੍ਹਾਂ ਖਬਰਾਂ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ